ਮਾਈਸੈਲਫ ਡਾਕਟਰ ਗੁਰਤੇਜਪਾਲ ਸਿੰਘ ਰੰਧਾਵਾ, ਮੈਂ ਐਜ਼ ਅ ਆਈ ਕੰਸਲਟੈਂਟ ਕੰਮ ਕਰਦਾ ਗੁਰੂ ਨਾਨਕ ਦੇਵ ਸੁਪਰ ਸਪੈਸ਼ਲਿਟੀ ਹੋਸਪਿਟਲ ਤਰਨ ਤਾਰਨ। ਅੱਜ ਤੁਹਾਨੂੰ ਅਸੀਂ ਆਪਣੇ ਡਿਪਾਰਟਮੈਂਟ ਬਾਰੇ ਥੋੜ੍ਹੀ ਜਾਣਕਾਰੀ ਦੇਣਾ ਚਾਹਾਂਗੇ। ਇਸ ਡਿਪਾਰਟਮੈਂਟ ਦੇ ਵਿੱਚ ਸਾਡੇ ਕੋਲ ਨਵੀਨਤਮ ਟੈਕਨੀਕ ਦੀਆਂ ਮਸ਼ੀਨਾਂ ਮੌਜੂਦ ਹਨ, ਜਿਨ੍ਹਾਂ ਰਾਹੀਂ ਅਸੀਂ ਚਿੱਟੇ ਮੋਤੀਏ ਦਾ, ਕਾਲੇ ਮੋਤੀਏ ਦਾ, ਅੱਖਾਂ ਦੇ ਟੇਢੇਪਣ ਦਾ ਅਤੇ ਅੱਖਾਂ ਦੇ ਪਰਦੇ ਦੀਆਂ ਬਿਮਾਰੀਆਂ ਦਾ ਇਲਾਜ ਕਰਦੇ ਹਾਂ। ਇੱਥੇ ਚਿੱਟੇ ਮੋਤੀਏ ਦਾ ਓਪਰੇਸ਼ਨ ਬਿਨਾਂ ਟੀਕੇ ਤੋਂ, ਬਿਨਾਂ ਟਾਂਕੇ ਤੋਂ ਫੇਕੋ ਇਮਲਸੀਫਿਕੇਸ਼ਨ ਟੈਕਨੀਕ ਰਾਹੀਂ ਕੀਤਾ ਜਾਂਦਾ ਹੈ। ਕਾਲੇ ਮੋਤੀਏ ਦਾ ਚੈੱਕਅਪ ਅਤੇ ਉਹਦੇ ਇਲਾਜ ਦੀਆਂ ਸਾਰੀਆਂ ਮਸ਼ੀਨਾਂ ਸਾਡੇ ਇਸ ਡਿਪਾਰਟਮੈਂਟ 'ਚ ਉਪਲਬਧ ਹਨ। ਇੱਥੇ ਹਰ ਮੱਸਿਆ ਸਾਡਾ ਇੱਕ ਫ੍ਰੀ ਆਈ ਚੈੱਕਅਪ ਕੈਂਪ ਹੁੰਦਾ, ਜਿਹਦੇ ਵਿੱਚ ਫ੍ਰੀ ਦਵਾਈਆਂ ਦਿੱਤੀਆਂ ਜਾਂਦੀਆਂ ਹਨ ਅਤੇ ਫ੍ਰੀ ਅੱਖਾਂ ਦਾ ਚੈੱਕਅਪ ਕੈਂਪ ਲਾਇਆ ਜਾਂਦਾ ਹੈ, ਜਿਸ ਵਿੱਚ ਓਪਰੇਸ਼ਨ ਅਤੇ ਬਾਕੀ ਟੈਸਟਾਂ ਦੇ ਵਿੱਚ 15% ਦੀ ਛੋਟ ਦਿੱਤੀ ਜਾਂਦੀ ਹੈ। ਇਸ ਖੇਤਰ ਵਿੱਚ ਇਸ ਤਰ੍ਹਾਂ ਦੀਆਂ ਸਹੂਲਤਾਂ ਨਾਲ ਲੈਸ ਇਹ ਪਹਿਲਾ ਹਸਪਤਾਲ ਹੈ, ਜੋ ਕਿ ਬਾਬਾ ਜਗਤਾਰ ਸਿੰਘ ਜੀ ਦਾ ਇੱਕ ਬਹੁਤ ਵੱਡਾ ਉਪਰਾਲਾ ਹੈ ਅਤੇ ਸਾਨੂੰ ਸਾਰਿਆਂ ਨੂੰ ਇਸ ਹਸਪਤਾਲ ਦੀਆਂ ਸਹੂਲਤਾਂ ਦਾ ਵੱਧ ਤੋਂ ਵੱਧ ਫਾਇਦਾ ਲੈਣਾ ਚਾਹੀਦਾ ਹੈ। ਬਹੁਤ ਬਹੁਤ ਧੰਨਵਾਦ।